ਕਮੇਟੀ ਦੀ ਬੈਠਕ 'ਚ ਫੈਸਲਾ ਲਿਆ ਗਿਆ। ਫਿਲਹਾਲ ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਕੀ ਕੁਛ ਕਹਿ ਰਹੇ ਸੀ ਖਹਿਰਾ ਦੇ ਮਸਲੇ 'ਤੇ, ਤੁਸੀਂ ਸੁਣ ਲਓ। ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਾ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੈ। ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਾ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੈ। ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਾ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੈ। ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਾ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ। ਤੇ ਫਿਲਹਾਲ ਇਹ ਤੁਸੀਂ ਸੁਣਿਆ ਖਿਆਰਾ ਨੇ ਕੀ ਕੁਛ ਕਿਹਾ, ਪਰ ਵੱਡੀ ਖਬਰ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ। ਪਰ ਕਿਆ ਸੀ ਲੱਗ ਰਹੇ ਨੇ ਆਮ ਆਦਮੀ ਪਾਰਟੀ ਲੀਡਰਸ਼ਿਪ ਵੱਲੋਂ, ਜੇਕਰ ਸੁਖਪਾਲ ਖਹਿਰਾ ਦੇ ਖਿਲਾਫ ਸਟੈਂਡ ਲੈ ਲਿਆ ਜਾਂਦਾ ਹੈ ਤਾਂ ਹਲਕਾ ਭੁਲੱਤੋ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਕਿ ਹਲਕਾ ਭੁਲੱਤੋ ਇੱਕ ਵੋਟਰ ਨੇ ਸਪੀਕਰ ਕੋਲ ਪਟੀਸ਼ਨ ਦਾਇਰ ਕਰਕੇ ਸੁਖਪਾਲ ਖਹਿਰਾ ਦੀ ਵਿਧਾਇਕੀ ਰਾਜ ਕਰਨ ਦੀ ਅਪੀਲ ਕੀਤੀ ਸੀ ਇਸ ਤੋਂ ਪਹਿਲਾਂ, ਪਰ ਦੂਜੇ ਪਾਸੇ ਆਪ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਵੀ ਫਿਲਹਾਲ ਹੁਣ ਉਹਨਾਂ ਨੂੰ ਲਾਂਬੇ ਕਰਨ ਲਈ ਤਿਆਰੀ ਕਰ ਲਈ ਹੈ। ਅੱਜ ਵਿਧਾਨ ਸਭਾ ਸਪੀਕਰ ਕੋਲ ਇਹ ਮੁੱਦਾ ਸਾਹਮਣੇ ਰੱਖਿਆ ਜਾਵੇਗਾ। ਆਪਦੀ ਕੋਰ ਕਮੇਟੀ 'ਚ ਵੱਡਾ ਫੈਸਲਾ ਲਿਆ ਗਿਆ ਹੈ, ਸੁਖਪਾਲ ਖਹਿਰਾ ਨੂੰ ਵਿਧਾਇਕ ਦੇ ਅਹੁਦੇ ਤੋਂ ਹਟਾਉਣ ਲਈ ਫੈਸਲਾ ਲਿਆ ਗਿਆ। ਖਹਿਰਾ ਨੂੰ ਵਿਧਾਇਕੀ ਤੋਂ ਲਾਂਬੇ ਕਰਨ 'ਤੇ ਤੁਲੀਏ ਆਪ। ਪਰ ਵੱਡੀ ਖਬਰ ਹੈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਪੀਕਰ ਨੂੰ ਖਹਿਰਾ ਦੀ ਵਿਧਾਇਕੀ ਯਾਨੀ ਕਿ MLA ਦੀ ਮੈਂਬਰਸ਼ਿਪ ਰੱਦ ਕਰਨ ਦੀ ਅਪੀਲ ਵੀ ਕਰਦੇ ਨਜ਼ਰ ਆਉਣਗੇ। ਤਿਆਰੀ ਹੋ ਗਈ ਹੈ ਇਸ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਵੱਲੋਂ, ਜੇਕਰ ਸੁਖਪਾਲ ਖਹਿਰਾ ਖਿਲਾਫ ਸਟੈਂਡ ਲੈ ਲਿਆ ਜਾਂਦਾ ਹੈ ਤਾਂ ਹਲਕਾ ਭੁਲੱਤੋ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ। ਸਮਝਿਆ ਜਾ ਰਿਹਾ ਸੁਖਪਾਲ ਖਹਿਰਾ ਨੂੰ ਵਿਧਾਇਕ ਦੇ ਅਹੁਦੇ ਤੋਂ ਹਟਾਉਣ ਲਈ ਇਹ ਫੈਸਲਾ ਅਤੇ ਵਿਧਾਇਕੀ ਤੋਂ ਲਾਂਬੇ ਕਰਨ 'ਤੇ ਤੁਲੀਏ ਆਪ। ਫਿਰ ਤੋਂ ਤੁਹਾਨੂੰ ਸੁਣਾ ਦੇਣੇ ਕੀ ਕੁਛ ਇਹਨਾਂ ਨੇ ਕਿਹਾ। ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਿਆ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੈ। ਕਹਿੰਦੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣੀ ਟਿਕਟ 'ਤੇ ਜਿਤਾਇਆ ਸੀ ਔਰ ਆਮ ਆਦਮੀ ਪਾਰਟੀ ਨੂੰ MLA ਬਣਾਇਆ ਗਿਆ, ਚਾਹੇ ਹੋਰ ਵੀ ਕੋਈ MLA ਸਾਹਿਬਾਨ ਹੋਣ, ਪਰ ਮੈਂ ਸਮਝਦਾ ਸਾਡੀ ਜਿਹੜੀ ਕੋਰ ਕਮੇਟੀ ਅੱਜ ਹੀ ਜਿਹੜਾ ਹੈਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਰਹੀ ਹੈ। ਕਹਿੰਦੇ ਆਮ ਆਦਮੀ ਅਤੇ ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਕੀ ਕੁਛ ਫੈਸਲਾ ਰਹਿਣ ਵਾਲਾ ਹੈ। ਜੇਕਰ ਫੈਸਲੇ 'ਤੇ ਅਮਲ ਹੋਇਆ ਤਾਂ ਸਵਾਲ ਇਹ ਹੈ ਕਿ ਜ਼ਿਮਨੀ ਚੋਣ ਹੋਣਗੇ, ਜੇ ਜ਼ਿਮਨੀ ਚੋਣ ਹੋਏ ਤਾਂ ਫਿਰ ਖਹਿਰਾ ਦਾ ਕੀ ਸਟੈਂਡ ਹੋਊਗਾ, ਇਹ ਵੀ ਦੂਜਾ ਵੱਡਾ ਸਵਾਲ।